ਕੁਛ ਬੱਬੂ ਮਾਨ ਨੇ ਸਾਡੇ ਸਤਿਕਾਰਯੋਗ ਕੁਲਦੀਪ ਮਾਣਕ ਅੰਕਲ ਬਾਰੇ ਕੁਛ ਕਮੈਂਟ ਕੀਤਾ ਵੀ ਉਹਨਾਂ ਦੀਆਂ ਕਲੀਆਂ। ਉਸ ਤੋਂ ਬਾਅਦ ਜੈਜ਼ੀ ਵੀਰ ਨੇ ਵੀ ਕੋਈ ਕਮੈਂਟ ਕੀਤਾ ਵੀ ਮੈਂ ਉਸਤਾਦ ਜੀ ਬਾਰੇ ਨਹੀਂ ਸੁਣੂੰਗਾ। ਉਹਨਾਂ ਦੀ ਆਪਣੀ ਪਰਸਨਲ ਇਸ਼ੂ ਆ, ਅਸੀਂ ਦੋਨਾਂ ਦੀ ਰਿਸਪੈਕਟ ਕਰਦੇ ਹਾਂ ਬੇਸਿਕਲੀ। ਬੜੀ ਖੁਸ਼ੀ ਦੀ ਗੱਲ ਹੈ, ਅੱਜ ਯੁੱਧਵੀਰ ਸਾਡੇ ਨਾਲ ਹੈ ਜੀ। ਯੁੱਧਵੀਰ ਮਾਣਕ, ਯੁੱਧਵੀਰ ਹੈਲੋ ਕਰਦੇ ਵੀਰ। ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਜਿਹੜੀ ਗੱਲ ਕਮੈਂਟ ਕੀਤੀ ਹੈ, ਕਿਸੇ ਬੰਦੇ ਨੇ ਕਮੈਂਟ ਕੀਤਾ ਜੀ। ਦੇਖੋ ਪਹਿਲੀ ਗੱਲ ਤਾਂ ਅਸੀਂ ਕਲੀਅਰ ਕਰ ਦਈਏ, ਸਾਰੇ ਜਣੇ ਜਿੰਨੇ ਭੈਣ ਭਰਾ ਪਿੱਛੇ ਖੜ੍ਹੇ ਨੇ ਸਾਡੇ ਯੁੱਧਵੀਰ ਨਾਲ ਆ ਮੇਰੇ, ਮੈਂ ਰਾਜਾ ਕੰਗ, ਅਤੇ ਸਾਰੇ ਅਸੀਂ ਇੱਕ ਗੱਲ ਕਲੀਅਰ ਕਰ ਦਈਏ ਵੀ ਸਾਨੂੰ ਕਿਸੇ ਨਾਲ ਕੋਈ ਗਿੱਲਾ ਕੋਈ ਸ਼ਿਕਵਾ ਨਹੀਂ ਗਾ। ਸਿਰਫ ਇੱਕ ਗੱਲ ਦਾ ਅਸੀਂ ਸਪਸ਼ਟੀਕਰਨ ਦੇਣਾ, ਕੁਛ ਬੰਦਿਆਂ ਨੇ ਹੁਣ ਥੋੜ੍ਹੇ ਦਿਨ ਪਹਿਲਾਂ ਵੀਡੀਓ ਪਾਈ ਆ, ਇੱਕ ਦੋ ਦਿਨ ਪਹਿਲਾਂ, ਜੈਜ਼ੀ ਬਾਈ ਬਾਰੇ। ਜੈਜ਼ੀ ਨੂੰ ਮੈਂ ਉਦੋਂ ਤੋਂ ਜਾਣਦਾ ਜਦੋਂ ਹਜੇ ਗਾਇਕੀ ਸ਼ੁਰੂ ਨਹੀਂ ਸੀ ਕੀਤੀ, ਹੀ ਆਸਟ੍ਰੇਲੀਅਨ ਬਰਨ ਵੀ ਕੈਨੇਡਾ ਤੋਂ, ਯੁੱਧਵੀਰ ਤਾਂ ਹੈ ਛੋਟਾ ਭਰਾ ਸਾਡਾ। ਹੁਣ ਇਹਨਾਂ ਨੇ, ਅਸੀਂ ਘਰੇ ਖੜ੍ਹੇ ਹਾਂ, ਬੜੀ ਇਸ ਚੀਜ਼ ਦੀ ਹਰਟ ਹੋਈ ਵੀ ਇੱਕ ਬੰਦਾ ਜਿਹੜਾ ਪਰਿਵਾਰ ਦੇ ਦੁੱਖ ਦੇ ਵਿੱਚ ਹਰ ਵਕਤ ਖੜਿਆ ਹੋਵੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਅਤੇ ਜੋ ਕੁਛ ਜੈਜ਼ੀ ਵੀਰ ਨੇ ਮਾਣਕ ਅੰਕਲ ਲਈ ਕੀਤਾ ਉਹ ਸਾਡੀ ਅੱਖਾਂ ਦੇ ਸਾਹਮਣੇ ਆ। ਜੱਸੀ ਬਾਈ, ਤੁਸੀਂ ਸਾਰੇ ਸਾਹਮਣੇ ਹੈ ਨਾ ਜੋ ਗੱਲ ਹੋਈ ਹੈ। ਉਸ ਤੋਂ ਬਾਅਦ ਉਹਨਾਂ 'ਤੇ ਅੱਜ ਇਲਜ਼ਾਮ ਲੱਗ ਰਿਹਾ ਵੀ ਉਹ ਮਾਣਕ ਪਰਿਵਾਰ ਨਾਲ ਉਹਨਾਂ ਨੇ ਬੜੀ ਮਾੜੀ ਕੀਤੀ, ਔਖੇ ਟਾਈਮ 'ਚ ਉਹਨਾਂ ਦੇ ਗਹਿਣੇ ਚੱਕ ਕੇ ਲੈ ਗਿਆ, ਕਿਸੇ ਬੰਦੇ ਨੇ ਕੋਈ ਇੱਥੇ ਕੋਈ ਲਿਖ ਲੁਖ ਕੇ ਪਾ ਦਿੱਤਾ ਜੈਜ਼ੀ ਬਾਈ ਬਾਰੇ। ਸਾਨੂੰ ਅਸੀਂ ਤਾਂ ਬੜਾ ਹਰਟ ਹੋਇਆ ਯਾਰ ਸਾਰਿਆਂ ਨੂੰ। ਹਰਟ ਹੋਣ ਦਾ ਕਾਰਨ ਇਹੀ ਹੈ ਵੀ ਜਿਹੜਾ ਬੰਦਾ ਔਖੀ ਸੌਖੀ ਘੜੀ 'ਚ ਹਰ ਵਕਤ ਫਾਈਨੈਂਸ਼ਲੀ ਫਿਜ਼ੀਕਲੀ ਆ ਕੇ ਇਸ ਪਰਿਵਾਰ ਨਾਲ ਖੜਦਾ ਰਿਹਾ, ਅੱਜ ਵੀ ਖੜਦੇ ਨੇ ਆ ਕੇ। ਪਰ ਇੱਕ ਚੀਜ਼ ਹੋਰ ਆ ਜੈਜ਼ੀ ਬਾਈ ਦੀ, ਜਿਹੜੀ ਚੀਜ਼ ਮੈਂ ਸਿਫਤ ਕਰਨੀ ਚਾਹੁੰਦਾ, ਕਦੇ ਜੈਜ਼ੀ ਵੀਰ ਨੇ ਇੱਦਾਂ ਨਹੀਂ ਕੀਤਾ, ਇਹੋ ਜਿਹੀ ਫੋਕੀ ਸ਼ੋਹਰਤ ਦੀ ਉਸ ਬੰਦੇ ਨੇ ਕਦੇ ਤਮਾ ਨਹੀਂ ਰੱਖੀ ਜੈਜ਼ੀ ਨੇ ਵੀ ਮੈਂ ਮਾਣਕ ਅੰਕਲ ਦੇ ਘਰੇ ਜਾ ਰਿਹਾ, ਮੈਂ ਯੁੱਧੀ ਨੂੰ ਮਿਲਣ ਜਾ ਰਿਹਾ, ਮੈਂ ਲਾਈਵ ਹੋ ਜਾਵਾਂ, ਮੈਂ ਯੁੱਧੀ ਦੇ ਘਰੋਂ ਨਿਕਲਿਆ ਮੈਂ ਲਾਈਵ ਹੋ ਜਾਵਾਂ, ਜਾਂ ਯੁੱਧੀ ਵੀਰ ਨੂੰ ਡਾਕਟਰ 'ਤੇ ਲੈ ਕੇ ਜਾ ਰਿਹਾ ਮੈਂ ਲਾਈਵ ਹੋ ਜਾਵਾਂ। ਸਿਰਫ ਇਹ ਕੀ ਗੱਲ ਉਹਦੀ ਕਮੀ ਹੈ ਜਾਂ ਖੂਬੀ ਹੈ ਤੁਸੀਂ ਆਪ ਸਮਝ ਲਓ। ਹੁਣ ਇਹ ਇੱਕ ਇਲਜ਼ਾਮ ਅੱਜ ਬਣ ਗਿਆ ਵੀ ਪਤਾ ਨਹੀਂ ਉਹ ਯੁੱਧਵੀਰ ਦੀ ਖਬਰ ਲੈਣੀ ਨਹੀਂ ਆਉਂਦਾ, ਹਰ ਵਕਤ ਦੁੱਖ ਦੇ ਸੁੱਖ ਦੇ ਸਾਰਾ ਪਰਿਵਾਰ ਨਾਲ ਆ। ਮਾਤਾ ਜੀ ਵੀ ਇੱਥੇ ਬੈਠੇ ਸੀਗੇ ਪਿੱਛੇ, ਉਹ ਲਾਈਵ ਹੋਣਾ ਪਸੰਦ ਨਹੀਂ ਕਰਦੇ, ਉਹ ਕਹਿੰਦੇ ਵੀ ਮੈਂ ਇਹਨਾਂ ਗੱਲਾਂ 'ਚ ਆਉਣਾ ਹੀ ਨੀਗਾ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ। ਅਸੀਂ ਸਿਰਫ ਸਾਰੇ ਜਣੇ, ਯੁੱਧਵੀਰ ਬੈਠਾ, ਮੈਂ ਸਾਰੇ ਜਣੇ, ਅਸੀਂ ਇਸ ਚੀਜ਼ ਦਾ ਸਪਸ਼ਟੀਕਰਨ ਦੇ ਰਹੇ ਹਾਂ। ਪਹਿਲੀ ਗੱਲ ਤਾਂ ਵੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਜਿਨ੍ਹਾਂ ਨੇ ਵੀ ਗਾਣਾ ਪਾਇਆ ਜਾਂ ਸਟੇਟਮੈਂਟ ਦਿੱਤੀ ਹੈ ਉਹ ਆਪਣਾ ਲੈਵਲ ਚੈੱਕ ਕਰੋ, ਚਾਹੇ ਤੁਹਾਨੂੰ ਬਾਲ ਕੌੜੇ ਲੱਗਣ ਅੱਜ, ਜਿਨ੍ਹਾਂ ਬਾਰੇ ਬੋਲ ਰਹੇ ਉਹਨਾਂ ਦਾ ਲੈਵਲ ਚੈੱਕ ਕਰੋ। ਉਹ ਝੋਟਿਆਂ ਦਾ ਭੇੜਾ ਭਰਾਵਾ ਦੋ ਬੰਦਿਆਂ ਨੇ ਆਪਸ ਆਪਣੇ ਇੱਕ ਆਪਣੇ ਦਿਲ ਦੇ ਆਪਣੇ ਮਾਨਸਿਕ ਜੋ ਉਹਨਾਂ ਦੇ ਦਿਮਾਗ 'ਚ ਆਇਆ ਉਹਨਾਂ ਨੇ ਆਪਣੀ ਆਪਣੀ ਸਟੇਟਮੈਂਟ ਦੇ ਦਿੱਤੀ। ਜੈਜ਼ੀ ਵੀ ਨੂੰ ਨਹੀਂ ਚੰਗਾ ਲੱਗਿਆ, ਜੈਜ਼ੀ ਨੇ ਆਪਣੀ ਸਟੇਟਮੈਂਟ ਦੇ ਦਿੱਤੀ। ਬੱਬੂ ਨੂੰ ਜੋ ਲੱਗਿਆ ਬੱਬੂ ਨੇ ਆਪਣੀ ਦੇ ਦਿੱਤੀ। ਸਾਨੂੰ ਕਿਸੇ ਬਾਰੇ ਕੋਈ ਹਾਰਡ ਫੀਲਿੰਗ ਨਹੀਂ ਗੀ, ਦੋਨੋਂ ਭਰਾ ਨੇ, ਕਲਾਕਾਰ ਭਰਾ ਨੇ, ਸਾਰੇ ਕਲਾਕਾਰ ਪੰਜਾਬ ਦੇ ਸਾਨੂੰ ਆਪਣਾ ਪਰਿਵਾਰ ਲੱਗਦੇ ਨੇ, ਅਸੀਂ ਕਦੇ ਕਿਸੇ ਦੇ ਕੋਈ ਦੁੱਖੀ ਨਹੀਂ ਗਏ। ਪਰ ਸਾਡੀ ਇੱਕ ਪੁਰਜ਼ੋਰ ਅਪੀਲ ਹੈ ਵੀ ਜਿਹੜਾ ਕੱਲ੍ਹ ਜੈਜ਼ੀ ਵੀ 'ਤੇ ਮਾਣਕ ਪਰਿਵਾਰ ਦੇ ਨਾਲ ਜੋੜ ਕੇ ਗਲਤ ਇਲਜ਼ਾਮ ਲਾਇਆ ਗਿਆ ਉਹਦਾ ਸਪਸ਼ਟੀਕਰਨ ਦਿਓ। ਅਸੀਂ ਸਾਰੇ ਜਣੇ ਇਹ ਗੱਲ ਕਹਿ ਰਹੇ ਹਾਂ, ਵੀ ਉਹ ਇਲਜ਼ਾਮ ਬਿਲਕੁਲ ਗਲਤ ਸੀ। ਕਦੇ ਜੈਜ਼ੀ ਬੀ ਨੇ ਇਸ ਪਰਿਵਾਰ ਤੋਂ ਕੁਛ ਲਿਆ ਨਹੀਂ ਗਾ, ਕਦੇ ਜੋ ਤੁਸੀਂ ਕਹਿੰਦੇ ਚੋਰੀ ਕੀਤੀ ਆ ਉਹ ਤਾਂ ਅਸੀਂ ਲਫ਼ਜ਼ ਹੀ ਨਹੀਂ ਵਰਤ ਸਕਦੇ ਉਹਨਾਂ ਲਈ, ਜੈਜ਼ੀ ਬੀ ਲਈ, ਠੀਕ ਹੈ ਜੀ, ਦਿੱਤਾ ਹੀ ਆ, ਅੱਜ ਵੀ ਖੜਦਾ ਜੈਜ਼ੀ, ਅੱਜ ਵੀ ਹਰ ਵਕਤ ਪਰਿਵਾਰ ਨਾਲ ਔਖੀ ਸੌਖੀ ਘੜੀ 'ਚ। ਸਾਡੀ ਬੇਨਤੀ ਹੈ ਜੇ ਕੋਈ ਬੱਬੂ ਦੀ ਜਾਂ ਜੈਜ਼ੀ ਦੀ ਲੜਾਈ ਹੈ, ਪਹਿਲੀ ਗੱਲ ਤਾਂ ਵੀਰੇ ਇਹਨੂੰ ਚਾਹੇ ਤੁਸੀਂ ਪਿਆਰ ਨਾਲ ਸਮਝ ਲਓ ਜਿੱਦਾਂ ਮਰਜ਼ੀ, ਮਾਣਕ ਪਰਿਵਾਰ ਨੂੰ ਕਦੇ ਇਨਵੋਲਵ ਨਾ ਕਰੋ। ਫਾਈਨਲੀ ਇਹ ਗੱਲ ਤੁਹਾਨੂੰ ਅਸੀਂ ਸਮਝਾ ਰਹੇ ਹਾਂ, ਇਹ ਪਿਆਰ ਨਾਲ ਸਮਝਾ ਰਹੇ ਹਾਂ, ਇਹ ਮੈਂ ਆਪਣੇ ਵੱਲੋਂ ਕਹਿ ਰਿਹਾ ਕਿਸੇ ਵੱਲੋਂ ਨਹੀਂ। ਮਾਣਕ ਪਰਿਵਾਰ ਨੂੰ ਪਲੀਜ਼ ਕੋਈ ਇਨਵੋਲਵ ਨਾ ਕਰੋ, ਪਹਿਲੀ ਗੱਲ ਇਹ ਦੱਸਤੀ। ਦੂਜੀ ਗੱਲ ਇਹ ਵੀ ਮਾਣਕ ਪਰਿਵਾਰ ਤੋਂ ਕਦੇ ਕਿਸੇ ਨੇ ਕੁਛ ਨਹੀਂ ਲਿਆ ਹੈਗਾ, ਮਾਣਕ ਖਾਸ ਕਰਕੇ ਜੈਜ਼ੀ ਬੀ ਬਾਈ ਨੇ, ਠੀਕ ਹੈ ਜੀ, ਉਹਨਾਂ ਨੇ ਹਮੇਸ਼ਾ ਹੈਲਪ ਕੀਤੀ ਹੈ। ਅਤੇ ਸਾਡੀ ਇੱਕ ਤੁਹਾਨੂੰ ਇਹ ਸਿਫਾਰਿਸ਼ ਆ ਵੀ ਤੁਸੀਂ ਇਸ ਚੀਜ਼ ਦਾ ਸਪਸ਼ਟੀਕਰਨ ਪਾ ਦਿਓ ਵੀ ਹਾਂ ਉਹ ਗਾਣੇ ਦੇ ਵਿੱਚ ਜਿਹੜੀਆਂ ਲਾਈਨਾਂ ਬੋਲੀਆਂ ਗਈਆਂ ਵੀ ਮਾਣਕ ਪਰਿਵਾਰ ਦਾ ਜੈਜ਼ੀ ਬੀ ਸੋਨਾ ਚੱਕ ਕੇ ਲੈ ਗਿਆ, ਵੀ ਉਹ ਗਲਤੀ ਨਾਲ
ਭਾਵੁਕ ਹੋ ਕੇ ਪਾਈ ਹੈਗੀਆਂ। ਸਿਰਫ ਇੰਨੀ ਗੱਲ ਆ, ਸਾਨੂੰ ਤੁਹਾਡੇ ਨਾਲ ਹੋਰ ਕੋਈ ਗੁੱਸਾ ਗਿਲਾ ਨਹੀਂ ਗਾ। ਜੇ ਇਹ ਚੀਜ਼ ਨਹੀਂ ਪਾਈ ਜਾਂਦੀ ਫਿਰ ਵੀ ਅਸੀਂ ਕਾਰਵਾਈ ਕਰਨ 'ਤੇ ਮਜਬੂਰ ਹੋਵਾਂਗੇ, ਉਹ ਫਿਰ ਤੁਹਾਨੂੰ ਸਮਝ ਹੀ ਸਕਦੇ ਹਾਂ। ਠੀਕ ਹੈ ਜੀ, ਨਾਲੇ ਉਹਨਾਂ ਦੀ ਬਾਤ ਹੈ ਨਹੀਂ ਇੰਨੀ ਗੱਲ ਕਰਨ ਦੀ। ਜਿਹੜੇ ਮੁੰਡਿਆਂ ਨੇ ਪਾਈ ਆ ਰੰਧਾਵੇ ਹੋਣੀ ਜਿਹੜੇ ਵੀ ਨੇ, ਉਹ ਐਡੇ ਲੈਵਲ ਦੇ ਬੰਦੇ ਹੈ ਹੀ ਨਹੀਂ ਜਿਹੜੇ ਵੀ ਇਹਨਾਂ ਦੇ ਪਰਿਵਾਰ ਬਾਰੇ ਗੱਲ ਕਰਦੇ। ਅੱਜ ਅਸੀਂ ਸਵੇਰ ਦੇ ਇਸ ਟਾਈਮ 12:30 ਹੋ ਗਏ ਨੇ, ਅਸੀਂ 11 ਵਜੇ ਦੇ ਬੈਠੇ ਹਾਂ ਇੱਥੇ, ਆ ਰਹੇ ਹਾਂ ਜੀ, ਜਾ ਰਹੇ ਹਾਂ ਜੀ, ਆ ਰਹੇ ਹਾਂ ਜੀ, ਜਾ ਰਹੇ ਹਾਂ ਜੀ, ਅਸੀਂ ਨਹੀਂ ਆਉਣਾ ਜੀ। ਮੇਰਾ ਮੁੰਡਾ ਕੋਈ ਜਿਹੜਾ ਸਕੂਲ 'ਤੇ, ਉਹਦੇ ਨਾਲ ਕੱਲ੍ਹ ਗੱਲ ਹੋਈ ਸੀਗੀ, ਮੈਂ 12 ਵਜੇ ਇੱਥੇ ਪਹੁੰਚੂੰਗਾ। ਠੀਕ ਹੈ, ਉਹਨੂੰ ਹੁਣ ਸਵੇਰ ਦੇ ਫੋਨ ਕਰੀ ਜਾਂਦੇ ਹਾਂ, ਮੈਂ ਆ ਨਹੀਂ ਸਕਦਾ, ਮੈਂ ਕਰ ਨਹੀਂ ਸਕਦਾ, ਰੰਧਾਵਾ ਉੱਥੇ ਬਠਿੰਡੇ ਬੈਠਾ, ਉੱਥੇ ਬੈਠਾ, ਯਾਨੀ ਕਿ ਹੁਣ ਕਿਸੇ ਗੱਲ 'ਤੇ ਨਹੀਂ ਆਉਂਦੇ ਫੋਨ ਕਰਕੇ। ਜਦੋਂ ਹੁਣ ਗੱਲ ਕਰੋ ਜਾਂ ਫੋਨ ਇੱਥੇ ਆਓ, ਉਹ ਬੰਦੇ ਮੁੱਲਾਂਪੁਰ ਤੋਂ ਨਹੀਂ ਆ ਸਕੇ, ਸਾਡੇ ਜੱਸੀ ਲੌਂਗੋਵਾਲ ਵੀਰ ਸੰਗਰੂਰ ਤੋਂ ਆ ਕੇ ਚੱਲ ਗਏ। ਸੋ ਗਲਤ ਅਫਵਾਹਾਂ ਨਾ ਫੈਲਾਓ, ਭਾਈਚਾਰੇ 'ਚ ਸਟੇਟਮੈਂਟ ਦੇਣੀ ਹੋਰ ਗੱਲ ਆ, ਫੁੱਟ ਪਾਉਣੀ ਬਹੁਤ ਗਲਤ ਗੱਲ ਹੈ। ਸੋ ਸਾਰਿਆਂ ਨੂੰ ਇਹੀ ਅਪੀਲ ਹੈ ਜੀ ਵੀ ਪਲੀਜ਼, ਬਾਕੀ ਪਰਿਵਾਰ ਵਾਸਤੇ ਸਾਰੇ ਜਣੇ ਅਰਦਾਸ ਕਰਿਆ ਕਰੋ ਵੀ ਜਦੋਂ ਵੀ ਜਲਦੀ ਠੀਕ ਹੋਵੇ। ਠੀਕ ਹੈ ਜੀ, ਜਿਹੜਾ ਬੰਦਾ ਹੈਲਪ ਕਰ ਰਿਹਾ ਆਪਾਂ ਉਹਦੇ ਬਾਰੇ ਗਲਤ ਬੋਲੀਏ, ਇਹ ਗੱਲਾਂ ਸ਼ੋਭਾ ਨਹੀਂ।